ਅੰਕਲ ਜੀ ਤੁਹਾਡਾ? ਮੇਰੇ ਨਾਲ ਕੁਲਦੀਪ ਸਿੰਘ ਆ ਜੀ। ਕੁਲਦੀਪ ਸਿੰਘ ਜੀ, ਕੀ ਹੋਇਆ ਜੀ ਹੱਥ? ਇਹ ਰਾਤ 9:30 ਦਾ ਵਾਕਾ ਜੀ, ਸਵੇਰ ਟਾਈਮ ਦਾ। ਅੱਛਾ ਜੀ। ਇਹ ਗੱਡੀ ਰਾਤ ਦੀ ਉਹ ਖੜੀ ਸੀ ਇੱਥੇ, ਖੜਨ ਕਰਕੇ ਡਰਾਈਵਰ ਵਿੱਚੇ ਵਿਚਾਰਾ ਸੁੱਤਾ ਪਿਆ ਸੀਗਾ, ਸੌਣ ਨਾਲ ਪਤਾ ਨਹੀਂ ਕੀ ਸਰ ਆਪਣੇ ਸਰਕਟ ਹੋਇਆ ਇਹਦਾ, ਅੱਗ ਲੱਗੀ। ਅਸੀਂ ਮੁੰਡੇ ਜਾਂ ਤੇਲ ਪਾਉਣ ਲੱਗੇ ਨੇ, 9:30 ਇਹਨਾਂ ਨੇ ਦੇਖਿਆ ਵੀ ਲਾਪਟਾਂ ਨਿਕਲਿਆ, ਤੇ ਆ ਕੇ ਅਸੀਂ ਕੋਸ਼ਿਸ਼ ਕਰੀ ਸ਼ੀਸ਼ੇ ਭੰਨੇ, ਸ਼ੀਸ਼ੇ ਭੰਨਣਾ ਉੱਠਿਆ ਵੀ ਆ, ਉੱਠਣ ਤੋਂ ਬਾਅਦ ਜਿਹੜੇ ਅੱਗ ਨੇ ਆਪਾਂ ਨੂੰ ਕਾਬੂ ਕਰ ਲਿਆ, ਤੇ ਕਾਬੂ ਹੋਣ ਤੋਂ ਬਾਅਦ ਉਹ ਵਿਚਾਰੇ ਤੋਂ ਨਿਕਲ ਨਹੀਂ ਹੋਇਆ, ਵਿੱਚੇ ਵਿਚਾਰਾ ਮੱਚ ਗਿਆ, ਉਹ ਫੌਤ ਉਹਦੀ ਮੌਕੇ 'ਤੇ ਹੀ ਹੋ ਗਈ। ਚਲੋ ਅਸੀਂ ਵੀ ਬਹੁਤ ਪਾਣੀ ਪੂਣੀ ਲਾ ਕੇ, ਜਿਵੇਂ ਜਿੰਨੀ ਕੁ ਸਾਡੇ ਕੋਲ ਸੀਗੀ ਗੈਸ ਸਿਲੰਡਰ ਵੀ ਲਾਏ, ਪਰ ਅੱਗ ਬੁਝੀ ਨਹੀਂ। ਬਾਅਦ 'ਚ ਫਾਇਰ ਬ੍ਰਿਗੇਡ ਨੇ ਆ ਕੇ ਅੱਗ 'ਤੇ ਕਾਬੂ ਪਾਇਆ, ਉਹਦੀ ਡੈੱਡ ਬੋਡੀ ਸਿਵਲ ਹਸਪਤਾਲ ਕੰਨੇ। ਪਤਾ ਲੱਗਿਆ ਜੀ ਕਿੱਥੋਂ ਦੇ ਬੰਦਾ ਆ ਰਿਹਾ? ਬੰਦਾ ਹਿਮਾਚਲ ਦਾ ਰਹਿਣ ਵਾਲਾ, ਵੈਸੇ ਉਹਨਾਂ ਨਾਲ ਹੋਇਆ ਕੰਟੈਕਟ ਤਾਂ ਹੋਇਆ, ਪਿੰਡ ਦਾ ਵੈਸੇ ਕਲੀਅਰ ਨਹੀਂ ਹੋਇਆ ਵੀ ਹਲੇ ਕਿੱਥੇ ਦਾ ਸੀਗਾ, ਗੱਡੀ ਦਾ ਮਾਲਕਾਂ ਨਾਲ ਗੱਲ ਹੋਈ ਆ ਉਹਨਾਂ ਨਾਲ। ਇਹ ਕਿੱਥੇ ਨੂੰ ਕਿੱਧਰ ਨੂੰ ਚੱਲਿਆ ਸੀਗਾ ਜੀ ਗੱਡੀ ਲੈ ਕੇ? ਖਾਲੀ ਖੜਾ ਸੀਗਾ ਜੀ, ਆ ਕੇ 11:30-11:30 ਵਜੇ ਆ ਕੇ ਖੜਿਆ। ਇਹ ਪੈਟਰੋਲ ਪੰਪ ਤੇ ਗੱਡੀ ਗੱਡੀ? ਹਾਂ, ਇਧਰੋਂ ਆਇਆ ਰੋਂਗ ਸਾਈਡ, ਮਤਲਬ ਖਾ ਕੇ ਖੜ ਗਿਆ, ਕੁਛ ਨਹੀਂ ਉਤਰਿਆ ਨਹੀਂ, ਵਿੱਚੇ ਪੈ ਗਿਆ ਕੇ, ਜ਼ਿਆਦਾ ਨੀਂਦਰਾ ਸੀਗਾ ਜਾਂ ਕਿੱਦਾਂ ਵੀ ਸੀਗਾ। ਕੀ ਲੱਗਦਾ ਜੇ ਅੱਗ ਲੱਗੀ ਸੀ ਇੱਥੇ ਪੈਟਰੋਲ ਪੰਪ ਵੀ ਨਜ਼ਦੀਕ ਸੀ ਤਾਂ ਹੋਰ ਵੀ ਕੋਈ ਨੁਕਸਾਨ ਹੋ ਸਕਦਾ? ਨੁਕਸਾਨ ਤਾਂ ਚਲੋ ਕੋਸ਼ਿਸ਼ ਕਰੀਏ, ਜਿੰਨਾ ਕੁ ਸਾਡੇ ਕੋਲ ਸਿਲੰਡਰ ਸੀਗੇ ਅਸੀਂ ਆਪਣੇ ਮਤਲਬ ਕਰੀਏ ਬਚਾਉਣ ਦੀ ਕੋਸ਼ਿਸ਼ ਤਾਂ ਪੂਰੀ ਕਰੀ ਅਸੀਂ ਆਪਣੀ। ਅੱਛਾ ਜੀ, ਹਾਂਜੀ। ਤੇ ਹੁਣ ਡੈੱਡ ਬੋਡੀ ਨੂੰ ਕਿੱਥੇ ਭੇਜਤਾ ਜੀ? ਇਹ ਖੰਨੇ ਸਿਵਲ ਹਸਪਤਾਲ ਪਹੁੰਚਾ ਦਿਓ ਜੀ। ਪੁਲਿਸ ਆ ਗਈ ਸੀ ਮੌਕੇ ਤੇ, ਚਲੋ ਉਹਨਾਂ ਨੇ ਵੀ ਆਪਣੀ ਕੋਸ਼ਿਸ਼ ਕਰੀ ਆ ਸਾਰਿਆਂ ਨੇ ਬੰਦਿਆਂ ਨੇ ਰਲ ਕੇ, ਪਰ ਅੱਗ ਸੀਗੀ ਉਹ ਤੇਜ਼ ਬਹੁਤ। ਹਾਂਜੀ, ਕੀ ਨਾਮ ਆ ਜੀ ਤੁਹਾਡਾ? ਮੇਰਾ ਨਾਮ ਕੁਲਵੀਰ ਸਿੰਘ। ਕਿੱਥੇ ਕੰਮ ਕਰਦੇ ਸੀ? ਇੱਥੇ ਪੈਟਰੋਲ ਪੰਪ। ਕੀ ਹੋਇਆ ਇਹ ਪੈਟਰੋਲ ਪੰਪ ਤੇ ਜੀ? ਰਾਤ ਜੀ 9:30 ਵਜੇ ਆ ਕੇ ਡਰਾਈਵਰ ਨੇ ਗੱਡੀ ਖੜਾਈ ਸੀਗੀ ਇਹਨੇ, ਤੇ ਇਹ ਬਾਹਰ ਨਹੀਂ ਨਿਕਲਿਆ ਹੈਗਾ ਡਰਾਈਵਰ, ਇੱਦਾਂ ਵਿੱਚੇ ਸੌਂ ਗਿਆ ਜੀ। ਅੱਛਾ ਜੀ। ਤੇ ਉਹਦੇ ਬਾਅਦ ਜਦੋਂ ਸਵੇਰੇ 9:30 ਵਜੇ ਇਹਦੇ 'ਚੋਂ ਥੋੜ੍ਹੀ ਅੱਗ ਜੀ ਧੂੰਆਂ ਜਿਹਾ ਨਿਕਲਦਾ ਸੀਗਾ ਜੀ, ਉਹਦੇ ਬਾਅਦ ਜਦੋਂ ਇੱਕਦਮ ਅੱਗ ਕਾਫੀ ਆ ਗਈ ਜੀ। ਤੇ ਕੀ ਹੋਇਆ ਉਹਦੇ ਬਾਅਦ? ਉਦੋਂ ਬਾਅਦ ਅਸੀਂ ਕਾਫੀ ਕੋਸ਼ਿਸ਼ ਕੀਤੀ ਆ, ਸ਼ੀਸ਼ੇ ਭੰਨੇ ਸੀਗੇ ਇਹਦੇ 'ਚੋਂ, ਕਿਉਂਕਿ ਟਾਕੀਆਂ ਅੰਦਰੋਂ ਲੋਕ ਸੀਗੀਆਂ ਉਹਦੇ ਕਰਕੇ ਫਿਰ ਸ਼ੀਸ਼ੇ ਭੰਨੇ, ਟਾਉਟਾ ਮਾਰ ਕੇ ਜੀ, ਤੇ ਵਿੱਚ ਬੰਦਾ ਉੱਥੇ ਹੀ ਵਿੱਚੇ ਗਿਰ ਗਿਆ ਜੀ। ਤੇ ਕੀ ਬਣਿਆ ਉਹਦਾ ਫਿਰ ਲਾਸ਼? ਨਹੀਂ, ਨਿਕਲ ਨਹੀਂ ਹੋਇਆ ਹੈਗਾ ਜੀ ਉਦੋਂ ਤੋਂ, ਵਿੱਚ ਬਹੁਤ ਜ਼ਿਆਦਾ ਤੇਜ਼ ਸੀ, ਖੜਬ ਨਹੀਂ ਸੀ ਹੁੰਦਾ ਕੋਲ। ਅਸੀਂ ਸਿਲੰਡਰ ਸਲੁੰਡਰ ਵੀ ਕਾਫੀ ਲਾਏ ਤੇ ਪਾਣੀ ਪੂਣੀ ਜਿੰਨਾ ਕੁ ਸਾਥ ਹੋ ਸਕੇ ਉਹਨਾਂ ਕੀਤਾ ਸੀ। ਕੀ ਜਲ ਕੇ ਰਾਖ ਕੀ ਹੋਏ? ਹਾਂਜੀ, ਕਾਫੀ ਜਲ ਗਏ ਸੀਗੇ, ਕੋਈ ਬਚਿਆ ਨਹੀਂ, ਨਾ ਪਹਿਚਾਣ ਹੋ ਰਹੀ ਹੈ ਕੌਣ ਕੌਣ। ਅੱਛਾ ਜੀ। ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਧੀਮਾਨ ਦੀ ਖਾਸ ਰਿਪੋਰਟ।